ਮੈਂ ਨਵਜੋਤ ਆਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੀ ਹਾਂ ਤੇ ਅੱਜ ਸਾਡੇ ਨਾਲ ਜੁੜੇ ਨੇ ਰਾਕੇਸ਼ ਕੁਮਾਰ ਰਾਜੂ ਜੋ ਕਿ ਐਨਸੀਬੀ ਪਾਰਟੀ ਦੇ ਯੁਵਾ ਪ੍ਰਧਾਨ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਅੱਜ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਮ ਨਿਊਜ਼ ਤਹਿ ਦਿਲੋਂ ਧੰਨਵਾਦ ਕਿਉਂਕਿ ਤੁਸੀਂ ਮੈਨੂੰ ਅੱਜ ਲੋਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਰਾਜੂ ਜੀ ਤੁਸੀਂ ਐਨਸੀਬੀ ਪਾਰਟੀ ਵੱਲੋਂ ਆਪਣੀ ਦਾਅਵੇਦਾਰੀ ਲਾਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪਾਰਟੀ ਟਿਕਟ ਦੇਵੇਗੀ ਦੇਖੋ ਜੀ ਦਾਅਵੇਦਾਰੀ ਆਪਾਂ ਲਾਈ ਹੈ ਅਤੇ ਜਿੱਥੋਂ ਤੱਕ ਟਿਕਟ ਦਾ ਸਵਾਲ ਹੈ ਇਹ ਸਾਡੀ ਹਾਈ ਕਮਾਂਡ ਦਾ ਜੋ ਵੀ ਔਡਰ ਸਾਨੂੰ ਆਏਗਾ ਉਹ ਸਿਰ ਮੱਥੇ ਹੈ ਸਾਡੇ ਸਤਿਕਾਰਯੋਗ ਪ੍ਰਧਾਨ ਸਵਾਲ ਸਿੰਘ ਜੀ ਅਤੇ ਸਾਡੀ ਜੋ ਵੀ ਹਾਈ ਕਮਾਂਡ ਦਾ ਉਦੇਸ਼ ਹੋਏਗਾ ਅਸੀਂ ਉਹਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਅਗਰ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਸੀਂ ਜਨਤਾ ਲਈ ਕਿਹੜਾ ਵਾਅਦਾ ਲੈ ਕੇ ਮੈਦਾਨ 'ਚ ਉਤਰੋਗੇ ਦੇਖੋ ਜੀ ਜਿਹੜੀ ਵਾਅਦੇ ਦੀ ਗੱਲ ਹੈ ਵਾਅਦੇ ਤਾਂ ਸਾਡੀਆਂ ਸਰਕਾਰਾਂ ਅੱਜ ਤੱਕ ਝੂਠੇ ਬਹੁਤ ਕਰ ਚੁੱਕੀਆਂ ਨੇ ਜੋ ਅਸੀਂ ਜੋ ਵਾਅਦਾ ਲੈ ਕੇ ਆਵਾਂਗੇ ਅਸੀਂ ਉਹ ਲੈ ਕੇ ਆਵਾਂਗੇ ਕਿ ਜੋ ਵੀ ਜਨਤਾ ਦੇ ਹੱਕ ਵਿੱਚ ਹੋਵੇ ਤੁਹਾਡਾ ਹਲਕਾ ਅਨੰਦਪੁਰ ਸਾਹਿਬ 'ਚ ਚੋਣ ਪ੍ਰਚਾਰ ਚੱਲ ਰਿਹਾ ਹੈ ਤਾਂ ਲੋਕਾਂ ਦਾ ਕਿਵੇਂ ਦਾ ਸਪੋਰਟ ਮਿਲ ਰਿਹਾ ਤੁਹਾਨੂੰ ਮਤਲਬ ਸਪੋਰਟ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਪੋਰਟ ਇਸ ਟਾਈਮ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਵੱਧ ਚੜ੍ਹ ਕੇ ਲੋਕ ਆਪਣੇ ਨਾਲ ਜੁੜ ਰਹੇ ਨੇ ਬਹੁਤ ਵਧੀਆ ਹੁਬਾਰਾ ਦੇ ਰਹੇ ਨੇ ਦੇਖੋ ਜੀ ਪ੍ਰੇਮ ਸਿੰਘ ਚੰਦੂਮਾਜਰਾ ਜੀ ਬਹੁਤ ਵਧੀਆ ਲੀਡਰ ਨੇ ਲੇਕਿਨ ਜੋ ਵੀ ਉਹਨਾਂ ਨੇ ਪ੍ਰੇਮ ਚੰਦ ਭੀਮਾ ਜੀ ਦੀ ਮਾਤਾ ਜੀ ਬਾਰੇ ਬੋਲਿਆ ਆ ਇਹ ਬਹੁਤ ਗਲਤ ਹੈ ਅਸੀਂ ਵੀ ਇਸ ਚੀਜ਼ ਦੀ ਕੜੀ ਨਿੰਦਿਆ ਕਰ ਰਹੇ ਹਾਂ ਮੈਟਰ ਕਿਸੇ ਦੇ ਵੀ ਫੈਮਿਲੀ ਮੈਟਰ ਦੇ ਵਿੱਚ ਜਾਣ ਦਾ ਇੱਕ ਸਿਆਸੀ ਪਾਰਟੀ ਨੂੰ ਕੋਈ ਦੂਸਰਾ ਨਹੀਂ ਹੈਗਾ ਮਾਵਾਂ ਤਾਂ ਸਾਰਿਆਂ ਦੇ ਸਾਂਝੀਆਂ ਹੁੰਦੀਆਂ ਨੇ ਇਸ ਲਈ ਅਸੀਂ ਇਸਦਾ ਫੁੱਲ ਵਿਰੋਧ ਕਰਾਂਗੇ ਤੁਹਾਡੀ ਪਾਰਟੀ ਪੰਜਾਬ ਵਿੱਚ ਕਿੰਨੇ ਕੁ ਉਮੀਦਵਾਰ ਉਤਾਰੇਗੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਫਿਲਹਾਲ ਤਾਂ ਅਸੀਂ ਸਾਡੇ 3 ਸੀਟਾਂ ਡਿਕਲੇਅਰ ਹੋ ਚੁੱਕੀਆਂ ਨੇ ਲੁਧਿਆਣਾ ਬਠਿੰਡਾ ਅਤੇ ਫਰੀਦਕੋਟ ਬਾਕੀ ਹਲੇ ਜੋ ਹਾਈ ਕਮਾਂਡ ਦਾ ਆਰਡਰ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ ਤੁਹਾਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਮੈਂ ਤਾਂ ਜਨਤਾ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਵੋਟ ਇੱਕ ਤੁਹਾਡਾ ਅਧਿਕਾਰ ਹੈ ਇਹਨੂੰ ਨਸ਼ੇ ਦੇ ਜਾਂ ਪੈਸੇ ਦੇ ਲਾਲਚ ਵਿੱਚ ਆ ਕੇ ਆਪਣਾ ਜੋ ਅਧਿਕਾਰ ਹੈ ਉਹ ਹੋਣਾ ਚਾਹੀਦਾ ਵੋਟ ਭਾਵੇਂ ਤੁਸੀਂ ਕਿਸੇ ਨੂੰ ਵੀ ਪਾਓ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਪਾਓ ਲੇਕਿਨ ਵੋਟ ਦਾ ਸਹੀ ਮਹੱਤਵ ਸਮਝ ਕੇ ਪਾਓ ਨਾ ਕਿ ਤੁਸੀਂ ਪੈਸੇ ਜਾਂ ਦਾਰੂ ਦੇ ਪਿੱਛੇ ਜਾਂ ਕਿਸੇ ਵੀ ਚੀਜ਼ ਦੇ ਪਿੱਛੇ ਜਾਂ ਕਿਸੇ ਦੇ ਦਬਾਅ ਵਿੱਚ ਆ ਕੇ ਤੁਸੀਂ ਵੋਟ ਨਾ ਪਾਓ ਇਹ ਸੀਗੇ ਸਾਡੇ ਨਾਲ ਐਨਸੀਬੀ ਪਾਰਟੀ ਦੇ ਕੁਛ ਮੈਂਬਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ